ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਵੀਡੀਓ ਬਹੁਤ ਹੀ ਕੰਮ ਦੀ ਰਹਿਣ ਵਾਲੀ ਆ ਉਹਨਾਂ ਦੇ ਲਈ ਜਿਨ੍ਹਾਂ ਦੇ ਬੱਚੇ ਇਸ ਸਾਲ 10ਵੀਂ ਦੇ ਵਿੱਚ ਹੋਏ ਆ। ਅਤੇ ਇੱਥੇ ਮੈਂ ਦੱਸ ਦੇਵਾਂ ਕਿ ਜਿਹੜੇ ਬਾਕੀ ਦੇ ਕੈਂਡੀਡੇਟ ਆ ਸਾਡੇ ਚੈਨਲ ਨਾਲ ਜੁੜੇ ਹੋਏ ਆ, ਜਿਹੜੇ ਨੌਕਰੀਆਂ ਦੀ ਤਲਾਸ਼ ਦੇ ਵਿੱਚ ਆ, ਸਰਕਾਰੀ ਨੌਕਰੀਆਂ ਦੀ ਤਲਾਸ਼ ਦੇ ਵਿੱਚ ਆ, ਕੋਈ ਕਲਰਕ ਦੀ ਤਿਆਰੀ ਕਰ ਰਿਹਾ, ਕੋਈ ਹੋਰ ਕਰ ਰਿਹਾ, ਉਹ ਇਹ ਵੀਡੀਓ ਨਾ ਦੇਖਣ। ਉਹਨਾਂ ਲਈ ਇਹ ਵੀਡੀਓ ਨਹੀਂ ਹੈਗੀ, ਇਹ ਵੀਡੀਓ ਸਿਰਫ ਉਹਨਾਂ ਪੇਰੈਂਟਸ ਲਈ ਆ ਜਾਂ ਉਹਨਾਂ ਬੱਚਿਆਂ ਲਈ ਆ ਜਿਹੜੇ ਇਸ ਸਾਲ 10ਵੀਂ ਦੇ ਵਿੱਚ ਆ, 10ਵੀਂ ਕਰ ਰਹੇ ਆ, ਠੀਕ ਆ, ਜਾਂ ਉਹਨਾਂ ਦੇ ਪੇਰੈਂਟਸ ਇਹ ਵੀਡੀਓ ਦੇਖ ਰਹੇ ਆ। ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ, ਬਹੁਤ ਹੀ ਕੰਮ ਦੀ ਗੱਲ ਦੱਸਣ ਲੱਗਿਆ। ਅਤੇ ਕੰਮ ਦੀ ਗੱਲ ਇਹ ਆ ਕਿ ਮਾਈ ਭਾਗੋ ਇੰਸਟੀਟਿਊਟ ਮੋਹਾਲੀ ਦੇ ਵਿੱਚ ਆ, ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇੰਸਟੀਟਿਊਟ ਹੈ, ਜਿਹਦਾ ਪੂਰਾ ਨਾਂ ਹੈਗਾ ਜੀ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਟਿਊਟ ਫੋਰ ਗਰਲਜ਼। ਚੰਗੀ ਗੱਲ ਇਹ ਆ ਕਿ ਇਹ ਇੰਸਟੀਟਿਊਟ ਸਿਰਫ ਲੜਕੀਆਂ ਲਈ ਆ, ਇੱਥੇ ਸਿਰਫ ਲੜਕੀਆਂ ਹੀ ਐਡਮਿਸ਼ਨ ਲੈ ਸਕਦੀਆਂ, ਮੁੰਡਿਆਂ ਲਈ ਇਹ ਇੰਸਟੀਟਿਊਟ ਨਹੀਂ ਹੈਗਾ। ਮੁੰਡਿਆਂ ਲਈ ਇੱਕ ਵੱਖਰਾ ਇੰਸਟੀਟਿਊਟ ਬਣਿਆ ਹੋਇਆ, ਉਹਦੀ ਆਪਾਂ ਇੱਕ ਅਲੱਗ ਤੋਂ ਫਿਰ ਕਿਸੇ ਦਿਨ ਵੀਡੀਓ ਬਣਾਵਾਂਗੇ। ਇਹ ਵੀਡੀਓ ਸਿਰਫ ਉਹਨਾਂ ਲੜਕੀਆਂ ਲਈ ਆ, ਠੀਕ ਹੈ, ਜਿਹੜੀਆਂ ਨੇ ਇਸ ਸਾਲ ਯਾਨੀ ਕਿ 2024 ਦੇ ਵਿੱਚ 10ਵੀਂ ਦੇ ਵਿੱਚ ਦਾਖਲਾ ਲਿਆ ਅਤੇ 2025 ਦੇ ਵਿੱਚ ਉਹਨਾਂ ਨੇ 10ਵੀਂ ਦੇ ਪੇਪਰ ਦੇਣੇ ਆ, ਚਾਹੇ ਉਹ ਕਿਸੇ ਵੀ ਬੋਰਡ 'ਚ ਬੋਰਡ ਦੀ ਕਲਾਸ ਤੋਂ ਕਰ ਰਹੀਆਂ, ਭਾਵ ਕਿ ਕਿਸੇ ਵੀ ਬੋਰਡ ਤੋਂ 10ਵੀਂ ਕਰ ਰਹੀਆਂ, ਭਾਵ ਕਿ ਜਿਵੇਂ ਪੰਜਾਬ ਸਕੂਲ ਸਿੱਖਿਆ ਬੋਰਡ, CBSE, ICSE, ਕੋਈ ਵੀ ਬੋਰਡ ਆ ਤੁਹਾਡਾ, ਠੀਕ ਹੈ ਜੀ। ਤਾਂ ਸ਼ਰਤ ਇਹ ਆ ਕਿ ਲੜਕੀ ਪੰਜਾਬ ਦੀ ਪੱਕੀ ਵਸਨੀਕ ਹੋਣੀ ਚਾਹੀਦੀ ਆ, ਠੀਕ ਹੈ ਜੀ। ਸਭ ਤੋਂ ਅੱਛੀ ਗੱਲ ਇਹ ਆ, ਕਿਉਂਕਿ ਇਹਦੇ ਨਾਲ ਕੀ ਹੋ ਜਾਂਦਾ ਕਿ ਜਿਹੜੀਆਂ ਅਦਰ ਸਟੇਟ ਦੀਆਂ ਲੜਕੀਆਂ ਹੋ, ਜਿਵੇਂ ਕੋਈ ਹਰਿਆਣਾ ਤੋਂ ਆ, ਕੋਈ ਚੰਡੀਗੜ੍ਹ ਤੋਂ ਆ, ਹਿਮਾਚਲ ਤੋਂ ਆ, ਤਾਂ ਉਹ ਇਹਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੀਆਂ, ਸਿਰਫ ਇਹ ਪੰਜਾਬ ਦੀਆਂ ਲੜਕੀਆਂ ਦੇ ਲਈ ਹੀ ਹੈਗਾ। ਅਤੇ ਹੁਣ ਹੈ ਕੀ ਚੀਜ਼ ਆ ਉਹ ਨੋਟ ਕਰ ਲਓ, ਇਹ ਇੰਸਟੀਟਿਊਟ ਹੈ ਜੀ, ਇਹ ਇੰਸਟੀਟਿਊਟ ਦੇ ਵਿੱਚ ਤਿਆਰੀ ਕਰਵਾਈ ਜਾਂਦੀ ਹੈ ਲੜਕੀਆਂ ਨੂੰ, NDA ਦੀ ਤਿਆਰੀ ਕਰਵਾਈ ਜਾਂਦੀ ਹੈ। ਬੇਸਿਕਲੀ NDA ਹੁੰਦਾ ਜੀ, ਨੈਸ਼ਨਲ ਡਿਫੈਂਸ ਅਕੈਡਮੀ NDA ਨੂੰ ਕਿਹਾ ਜਾਂਦਾ। NDA ਦਾ ਪੇਪਰ ਹੁੰਦਾ ਜੀ, ਬੜਾ ਮਸ਼ਹੂਰ ਪੇਪਰ ਹੈ, ਕਾਫੀ ਤੁਹਾਡੇ 'ਚੋਂ ਜਾਣਦੇ ਹੋਣੇ, ਕਾਫੀ ਤੁਹਾਡੇ 'ਚੋਂ ਨਹੀਂ ਜਾਣਦੇ ਹੋਣੇ NDA ਦੇ ਪੇਪਰ ਬਾਰੇ। NDA ਦੇ ਪੇਪਰ ਦਾ ਮੈਂ ਸਿੱਧੇ ਜੇ ਪੰਜਾਬੀ ਸ਼ਬਦਾਂ ਪੰਜਾਬੀ ਦੇ ਵਿੱਚ ਸਿੱਧੇ ਜੇ ਅਰਥਾਂ ਦੇ ਵਿੱਚ ਦੱਸਾਂ ਤਾਂ NDA ਦਾ ਪੇਪਰ ਹੁੰਦਾ +2 ਤੋਂ ਬਾਅਦ, ਉਹਦੇ ਲਈ ਯੋਗਤਾ +2 ਕਲਾਸ ਤੁਹਾਡੀ ਹੋਣੀ ਚਾਹੀਦੀ ਹੈ NDA ਦਾ ਪੇਪਰ ਦੇਣ ਲਈ। NDA ਦਾ ਪੇਪਰ ਆ ਜਿਹੜਾ UPSC ਲੈਂਦੀ ਆ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ ਕਿਹਾ ਜਾਂਦਾ। UPSC ਉਹੀ ਅਦਾਰਾ ਜਿਹੜਾ ਕਿ IAS IPS ਵਾਸਤੇ ਪੇਪਰ ਲੈਂਦਾ, ਤਾਂ NDA ਦਾ ਪੇਪਰ ਵੀ UPSC ਦੁਆਰਾ ਲਿਆ ਜਾਂਦਾ ਅਤੇ +2 ਵਾਲੇ ਬੱਚੇ ਉਹ ਪੇਪਰ ਦੇ ਸਕਦੇ ਆ। ਉਹ ਪੇਪਰ ਦੇਣ ਤੋਂ ਬਾਅਦ ਜਿਹੜੇ ਬੱਚੇ ਦਾ NDA ਦਾ ਪੇਪਰ ਕਲੀਅਰ ਹੋ ਜਾਂਦਾ, ਉਹ ਫਰਦਰ ਅੱਗੇ SSB ਦਾ ਇੰਟਰਵਿਊ ਦਿੰਦਾ। SSB ਸਰਵਿਸ ਸਿਲੈਕਸ਼ਨ ਬੋਰਡ, SSB ਦੇ ਇੰਟਰਵਿਊ ਦੇਣ ਤੋਂ ਬਾਅਦ ਜਿਹਦਾ SSB ਦਾ ਵੀ ਇੰਟਰਵਿਊ ਕਲੀਅਰ ਹੋ ਜਾਂਦਾ, ਉਹ ਫਿਰ ਅੱਗੇ ਫਰਦਰ NDA ਦੇ ਵਿੱਚ ਸਿਲੈਕਟ ਹੋ ਜਾਂਦਾ, ਠੀਕ ਹੈ, ਕੈਂਡੀਡੇਟ। ਅਤੇ ਜਦੋਂ NDA ਦੇ ਵਿੱਚ ਉਹ ਟ੍ਰੇਨਿੰਗ ਕਰਕੇ ਨਿਕਲਦਾ ਤਾਂ ਸਿੱਧਾ ਉਹ ਲੈਫਟੀਨੈਂਟ ਜਾਂ ਹੋਰ ਵੱਡੇ ਅਹੁਦਿਆਂ 'ਤੇ ਜਾ ਕੇ ਵਿਰਾਜਮਾਨ ਹੋ ਜਾਂਦੇ ਆ, ਠੀਕ ਹੈ। ਲੈਫਟੀਨੈਂਟ ਦਾ ਅਹੁਦਾ ਬਹੁਤ ਹੀ ਵੱਡਾ ਹੁੰਦਾ ਆਰਮੀ ਦੇ ਵਿੱਚ, ਜਿਨ੍ਹਾਂ ਨੂੰ ਜਿਹੜੇ ਐਕਸ ਸਰਵਿਸਮੈਨ, ਉਹਨਾਂ ਨੂੰ ਇਸ ਚੀਜ਼ ਦਾ ਜ਼ਿਆਦਾ ਬਿਹਤਰ ਪਤਾ ਹੋਏਗਾ, ਠੀਕ ਹੈ। ਤਾਂ ਉੱਥੇ ਪਹੁੰਚਣ ਲਈ ਹੁਣ ਇੱਕ ਪੇਪਰ ਲਿਆ ਜਾ ਰਿਹਾ ਜੀ ਪੰਜਾਬ ਸਰਕਾਰ ਵੱਲੋਂ, ਠੀਕ ਹੈ, ਮਾਈ ਭਾਗੋ ਇੰਸਟੀਟਿਊਟ ਮੋਹਾਲੀ ਵੱਲੋਂ। ਲੈਫਟੀਨੈਂਟ ਤੱਕ ਜੇ ਤੁਸੀਂ ਆਪਣੀ ਬੇਟੀ ਨੂੰ, ਆਪਣੀ ਲੜਕੀ ਨੂੰ ਪਹੁੰਚਾਉਣਾ ਚਾਹੁੰਦੇ ਹੋ, ਉਹਨੂੰ ਲੈਫਟੀਨੈਂਟ ਬਣਾਉਣਾ ਚਾਹੁੰਦੇ ਹੋ, ਠੀਕ ਹੈ, ਆਰਮੀ ਦੇ ਵਿੱਚ ਜਾਂ ਫਿਰ ਏਅਰ ਫੋਰਸ 'ਚ ਭੇਜਣਾ ਚਾਹੁੰਦੇ ਹੋ ਜਾਂ ਨੇਵੀ 'ਚ ਭੇਜਣਾ ਚਾਹੁੰਦੇ ਹੋ, ਇੱਕ ਵੱਡੇ ਅਹੁਦੇ 'ਤੇ ਭੇਜਣਾ ਚਾਹੁੰਦੇ ਹੋ, ਤਾਂ ਇਹ ਰਾਹ
ਇੱਥੋਂ ਸ਼ੁਰੂ ਹੋਣਾ ਜੀ, ਇਹ ਪੇਪਰ ਤੋਂ ਸ਼ੁਰੂ ਹੋਣਾ, ਮਾਈ ਭਾਗੋ ਇੰਸਟੀਟਿਊਟ ਮੋਹਾਲੀ ਵੱਲੋਂ ਇਹ ਪੇਪਰ ਲਿਆ ਜਾਣਾ। ਹੁਣ ਇਹਦੇ 'ਚ ਅਪਲਾਈ ਕੌਣ ਕੌਣ ਕਰ ਸਕਦਾ? ਠੀਕ ਹੈ, ਪਹਿਲਾਂ ਇਹਦੇ ਬਾਰੇ ਇੰਸਟੀਟਿਊਟ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਥੋੜ੍ਹਾ ਜਿਹਾ ਕਿ NDA ਦਾ ਹਿੱਸਾ ਬਣਨ ਲਈ ਪੰਜਾਬ ਸਰਕਾਰ ਵੱਲੋਂ ਇਹ ਸਕੀਮ ਸਿਰਫ ਪੰਜਾਬ ਦੀਆਂ ਲੜਕੀਆਂ ਲਈ ਆ। ਲੜਕੀਆਂ ਲਈ ਇਸ ਇੰਸਟੀਟਿਊਟ ਦੇ ਵਿੱਚ ਮੁਫ਼ਤ ਰਿਹਾਇਸ਼ ਹੈ ਜੀ, ਮੁਫ਼ਤ ਟ੍ਰੇਨਿੰਗ ਹੈ ਜੀ, ਅਤੇ ਮੁਫ਼ਤ ਖਾਣਾ ਦਿੱਤਾ ਜਾਂਦਾ ਮਾਈ ਭਾਗੋ ਇੰਸਟੀਟਿਊਟ ਮੋਹਾਲੀ ਵੱਲੋਂ। ਅਤੇ ਇਹਦੇ ਲਈ ਅਖਬਾਰ ਦੇ ਵਿੱਚ ਵੀ ਐਡ ਆਈ ਹੈ ਜੀ, ਤੁਸੀਂ ਦਾ ਟ੍ਰਿਬਿਊਨ ਨਿਊਜ਼ ਪੇਪਰ ਚੈੱਕ ਕਰ ਸਕਦੇ ਹੋ, ਉਹਦੇ ਵਿੱਚ ਵੀ ਇਹ ਐਡ ਆਈ ਹੈ। ਅਤੇ ਇਹਦੇ ਲਈ ਜਿਹੜੇ ਫਾਰਮ ਨੇ, ਐਡਮਿਸ਼ਨ ਤੁਸੀਂ ਕਿਵੇਂ ਲੈ ਸਕਦੇ ਹੋ ਜੀ, ਇਹ ਪੇਪਰ ਤੁਸੀਂ ਸਭ ਤੋਂ ਪਹਿਲਾਂ ਕਿਵੇਂ ਦੇ ਸਕਦੇ ਹੋ? ਪੇਪਰ ਦਾ ਨਾਂ ਹੈਗਾ ਜੀ NDA ਪ੍ਰੈਪਰੇਟਰੀ ਐਂਟਰੈਂਸ ਐਗਜ਼ਾਮ। ਠੀਕ ਹੈ, ਤਾਂ NDA ਪ੍ਰੈਪਰੇਟਰੀ ਐਂਟਰੈਂਸ ਐਗਜ਼ਾਮ ਹੈ ਜਿਹੜਾ, ਇਹ ਤੁਸੀਂ ਦੇ ਸਕਦੇ ਹੋ ਜੀ। ਇਸ ਐਗਜ਼ਾਮ ਦੇ ਲਈ ਪਹਿਲਾਂ ਤੁਹਾਨੂੰ ਫਾਰਮ ਭਰਨਾ ਪਏਗਾ। ਫਾਰਮ ਕਿੱਥੇ ਭਰਨਾ ਜੀ? ਉਹਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਦੇ ਦੂੰਗਾ, ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਤੇ ਪਹਿਲੇ ਕਮੈਂਟ ਦੇ ਵਿੱਚ ਪਿੰਨ ਕਰ ਦੂੰਗਾ। ਵੀਡੀਓ ਥੋੜ੍ਹੀ ਲੰਬੀ ਜ਼ਰੂਰ ਜਾਊਗੀ ਪਰ ਬਹੁਤ ਹੀ ਮਹੱਤਵਪੂਰਨ ਜਾਣਕਾਰੀ, ਸਾਰਾ ਕੁਝ ਇਸੇ ਵੀਡੀਓ 'ਚ ਤੁਹਾਨੂੰ ਦੱਸ ਦਾਂਗੇ। ਅਤੇ ਇਹਦੇ ਲਈ ਫਾਰਮ ਭਰਨਾ ਪੈਣਾ, ਲਿੰਕ ਡਿਸਕ੍ਰਿਪਸ਼ਨ 'ਚ ਐਜ਼ ਵੈਲ ਐਜ਼ ਪਹਿਲੇ ਕਮੈਂਟ 'ਚ ਤੁਹਾਨੂੰ ਮਿਲ ਜੂਗਾ। ਅਤੇ ਫਾਰਮ ਅਪਲਾਈ ਕਰਨ ਦੀਆਂ ਡੇਟਸ ਨੋਟ ਕਰ ਲਓ, 1 ਅਕਤੂਬਰ 2024 ਤੋਂ ਲੈ ਕੇ 20 ਦਸੰਬਰ 2024 ਤੱਕ ਫਾਰਮ ਭਰੇ ਜਾਣੇ ਆ ਜੀ। ਡੇਟਸ ਨੋਟ ਕਰ ਲਓ, ਲਾਸਟ ਡੇਟ 20 ਦਸੰਬਰ 2024 ਆ, ਫਾਰਮ ਸ਼ੁਰੂ ਹੋਣੇ ਆ 1 ਅਕਤੂਬਰ 2024 ਤੋਂ। ਅੱਜ ਮੈਂ ਵੀਡੀਓ ਬਣਾ ਰਿਹਾ 19 ਸਤੰਬਰ 2024, 10 ਕੁ ਦਿਨਾਂ ਤੱਕ ਇਹ ਫਾਰਮ ਭਰਨੇ ਸ਼ੁਰੂ ਹੋ ਜਾਣੇ ਆ। ਠੀਕ ਹੈ, ਉਹਦਾ ਤੁਹਾਨੂੰ ਅਲੱਗ ਤੋਂ ਆਪਾਂ ਟੈਲੀਗ੍ਰਾਮ 'ਤੇ ਵੀ ਦੱਸਾਂਗੇ, ਇੱਕ ਅਲੱਗ ਤੋਂ ਵੀਡੀਓ ਵੀ ਬਣਾ ਕੇ ਦੱਸਾਂਗੇ। ਅਤੇ ਹੁਣ ਜਿਹੜਾ ਇਹ ਐਂਟਰੈਂਸ ਐਗਜ਼ਾਮ ਹੋਣਾ, ਜੀ ਤੁਹਾਡਾ ਜਨਵਰੀ ਦੇ ਵਿੱਚ ਹੋਣਾ, ਜਨਵਰੀ 2025 'ਚ, ਜਨਵਰੀ ਦੇ ਪਹਿਲੇ ਹਫ਼ਤੇ ਇਹ ਐਗਜ਼ਾਮ ਲਿਆ ਜਾਣਾ ਮਾਈ ਭਾਗੋ ਇੰਸਟੀਟਿਊਟ ਮੋਹਾਲੀ ਵੱਲੋਂ। ਠੀਕ ਹੈ ਜੀ, ਅਤੇ ਇਹਦਾ ਤੀਜਾ ਬੈਚ ਸ਼ੁਰੂ ਹੋਣ ਜਾ ਰਿਹਾ। ਜੇ ਤੁਹਾਡਾ ਬੱਚਾ ਇਹ ਐਗਜ਼ਾਮ ਕਲੀਅਰ ਕਰ ਦੇਗਾ, NDA ਪ੍ਰੈਪਰੇਟਰੀ ਵਿੰਗ ਐਂਟਰੈਂਸ ਐਗਜ਼ਾਮ, ਤਾਂ ਉਹਨੂੰ ਮਾਈ ਭਾਗੋ ਇੰਸਟੀਟਿਊਟ ਦੇ ਵਿੱਚ ਦਾਖਲਾ ਮਿਲ ਜੂਗਾ। ਠੀਕ ਹੈ ਜੀ, ਜਦੋਂ ਉੱਥੇ ਦਾਖਲਾ ਮਿਲ ਜੂਗਾ, ਉਸ ਤੋਂ ਬਾਅਦ ਤੁਹਾਡੇ ਬੱਚੇ ਨੂੰ +1 ਅਤੇ +2 ਆ ਜਿਹੜੀ ਮਾਈ ਭਾਗੋ ਇੰਸਟੀਟਿਊਟ ਵੱਲੋਂ ਕਰਵਾਈ ਜਾਏਗੀ, ਇਹ ਕਰਵਾਈ ਜਾਏਗੀ ਦੂਨ ਇੰਟਰਨੈਸ਼ਨਲ ਸਕੂਲ ਮੋਹਾਲੀ ਵਿਖੇ ਕਰਵਾਈ ਜਾਏਗੀ ਪੰਜਾਬ ਸਰਕਾਰ ਵੱਲੋਂ। ਠੀਕ ਹੈ, ਅਤੇ ਇੱਥੇ ਇਹਦੇ ਨਾਲ ਨਾਲ ਹੀ +1 +2 ਦੇ ਨਾਲ ਨਾਲ ਹੀ ਤੁਹਾਡੇ ਬੱਚੇ ਨੂੰ NDA ਦੀ ਤਿਆਰੀ ਕਰਵਾਈ ਜਾਏਗੀ। ਠੀਕ ਹੈ, ਇੰਸਟੀਟਿਊਟ ਵੱਲੋਂ, ਪੰਜਾਬ ਸਰਕਾਰ ਦਾ ਇਹ ਇੰਸਟੀਟਿਊਟ ਹੈ, ਇੱਥੇ ਲਿਖਿਆ ਵੀ ਤੁਸੀਂ ਦੇਖ ਸਕਦੇ ਹੋ, ਪੰਜਾਬ ਗਵਰਨਮੈਂਟ ਇੰਸਟੀਟਿਊਟ, ਫੁੱਲੀ ਰੈਜ਼ੀਡੈਂਸ਼ੀਅਲ ਇੰਸਟੀਟਿਊਟ ਹੈ ਜੀ, ਇਹ ਰਿਹਾਇਸ਼ ਉੱਥੀ ਹੈ ਬੱਚੇ ਦੀ, 9 ਏਕੜ ਦੇ ਵਿੱਚ ਫੈਲਿਆ ਹੋਇਆ ਜੀ ਇਹ ਮੋਹਾਲੀ ਦੇ ਵਿੱਚ ਇੰਸਟੀਟਿਊਟ। ਅਤੇ ਅਪਲਾਈ ਕਰਨ ਦਾ ਮੈਂ ਤੁਹਾਨੂੰ ਦੱਸ ਦਿੱਤਾ ਕਿਵੇਂ ਅਪਲਾਈ ਕਰਨਾ, ਉੱਥੇ ਹੋਣਾ ਕੀ ਆ ਉਹ ਤੋਂ ਬਾਅਦ। ਠੀਕ ਹੈ, ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਪ੍ਰੋਸੀਜਰ, ਅਤੇ ਥੋੜ੍ਹੀਆਂ ਮੈਂ ਤੁਹਾਨੂੰ ਝਲਕੀਆਂ ਵੀ ਦਿਖਾ ਦੇਵਾਂ, ਐਵੇਂ ਦੇ ਤੁਹਾਡੇ ਬੱਚੇ ਉੱਥੇ ਐਵੇਂ ਦੇ ਮਾਹੌਲ ਦੇ ਵਿੱਚ ਰਹਿਣਗੇ। ਠੀਕ ਹੈ, ਤੁਹਾਡੀਆਂ ਲੜਕੀਆਂ ਨੇ ਜਿਹੜੀਆਂ ਬੱਚੀਆਂ ਨੇ, ਐਵੇਂ ਦੀ ਯੂਨੀਫਾਰਮ ਉੱਥੇ ਇਹਨਾਂ ਨੂੰ ਪਾਣੀ ਹੋਏਗੀ। ਠੀਕ ਹੈ, ਮਤਲਬ ਡੇਲੀ ਨਹੀਂ ਪਾਣੀ, ਜਦੋਂ ਵੀ ਜੋ ਵੀ ਓਕੇਜ਼ਨਲੀ ਪਏਗੀ, ਜਾਂ ਫਿਰ ਉੱਥੇ ਟਰੈਕ ਸੂਟ ਦੇ ਵਿੱਚ ਰਹਿਣਾ, ਜੋ ਵੀ ਉਹਨਾਂ ਦੀ ਯੂਨੀਫਾਰਮ ਆ ਉਹਦੇ ਅਕੋਰਡਿੰਗ। ਅਤੇ ਇੱਥੇ ਵੱਡੇ ਵੱਡੇ ਆਫਿਸਰਸ ਵੀ ਆਉਂਦੇ ਆ, ਜਿਵੇਂ ਤੁਸੀਂ ਦੇਖ ਸਕਦੇ ਹੋ ਆਫਿਸਰ ਫੋਰਨ ਤੋਂ ਆਏ ਆ। ਠੀਕ ਹੈ, ਤਾਂ ਇਹ ਆਫਿਸਰਸ ਇੱਥੇ ਵਿਜ਼ਿਟ ਕਰਦੇ ਆ, ਤਾਂ ਉਹਨਾਂ ਨਾਲ ਮੀਟਅਪ ਹੁੰਦਾ, ਉਹਨਾਂ ਨਾਲ ਜੋ ਵੀ ਇੰਟਰੈਕਸ਼ਨ ਹੁੰਦੀ ਹੈ, ਗੱਲਬਾਤ ਹੁੰਦੀ ਹੈ। ਠੀਕ ਹੈ, ਉਹਨਾਂ ਦੁਆਰਾ ਆਪਣੇ ਵਿਊਜ਼ ਸ਼ੇਅਰ ਕੀਤੇ ਜਾਂਦੇ ਬੱਚਿਆਂ ਨਾਲ, ਅਤੇ ਕਾਫੀ ਕੁਛ ਇੱਥੇ ਸਿੱਖਣ ਨੂੰ ਮਿਲਦਾ ਬੱਚੇ ਨੂੰ, ਅਤੇ ਐਜ਼ ਵੈਲ ਐਜ਼ NDA ਦੀ ਪ੍ਰੈਪਰੇਸ਼ਨ ਤਾਂ ਹੁੰਦੀ ਹੈ ਜੋ ਹੁੰਦੀ ਹੈ। ਠੀਕ ਹੈ, ਅਤੇ ਉਸ ਤੋਂ ਬਾਅਦ ਹੁਣ ਜੇ ਆਪਾਂ ਅੱਗੇ ਫਰਦਰ ਗੱਲ ਕਰੀਏ, ਇਹਦੀ ਯੋਗਤਾ ਕੀ ਹੈ, ਕੁਆਲੀਫਿਕੇਸ਼ਨ ਕੀ ਹੈ, ਕੌਣ ਅਪਲਾਈ ਕਰ ਸਕਦਾ? ਇਹਦੇ 'ਚ ਸਿਰਫ ਉਹ ਲੜਕੀਆਂ ਅਪਲਾਈ ਕਰ ਸਕਦੀਆਂ ਨੇ ਜਿਨ੍ਹਾਂ ਨੇ ਸਾਲ 2024 ਦੌਰਾਨ 10ਵੀਂ ਜਮਾਤ ਵਿੱਚ ਦਾਖਲਾ ਲਿਆ, ਕਿਸੇ ਵੀ ਬੋਰਡ 'ਚੋਂ ਤੁਸੀਂ 10ਵੀਂ ਕਰ ਰਹੇ ਹੋ ਕੋਈ ਮੈਟਰ ਨਹੀਂ ਕਰਦਾ, ਅਤੇ ਉਹਨਾਂ ਨੇ 10ਵੀਂ ਦੀ ਪ੍ਰੀਖਿਆ ਸਾਲ 2025 ਵਿੱਚ ਦੇਣੀ ਹੈ। ਠੀਕ ਹੈ ਜੀ, ਨੋਟ ਕਰ ਲਓ, ਤੁਸੀਂ 10ਵੀਂ 'ਚ ਪਾਸ ਹੋਣੇ ਚਾਹੀਦੇ ਹੋ ਤੁਸੀਂ 2025 'ਚ, ਕਿਤੇ ਹੋਵੇ ਕਿ ਤੁਸੀਂ ਇੱਧਰ ਐਂਟਰੈਂਸ ਕਲੀਅਰ ਕਰ ਲਓ, ਉੱਧਰ ਤੁਸੀਂ 10ਵੀਂ 'ਚ ਫੇਲ ਹੋ ਜਾਓ। ਠੀਕ ਹੈ, ਤਾਂ ਉਹੀ ਬੱਚਿਆਂ ਨੂੰ ਅਪਲਾਈ ਕਰੇ ਜਿਹਨੂੰ ਲੱਗਦਾ ਵੀ ਹਾਂ ਮੈਂ 10ਵੀਂ 'ਚੋਂ ਪਾਸ ਹੋਊਂਗਾ 100%।
ਅਤੇ ਉਸ ਤੋਂ ਬਾਅਦ ਇਹ ਦਾਖਲਾ ਕੋਰਸ ਸਿਰਫ ਪੰਜਾਬ ਦੀਆਂ ਲੜਕੀਆਂ ਲਈ ਹੈ, ਇਸ ਦੇ ਲਈ ਕਿਸੇ ਦੂਜੇ ਰਾਜ ਦੀ ਲੜਕੀ ਅਪਲਾਈ ਨਹੀਂ ਕਰ ਸਕਦੀ, ਤਾਂ ਹਰਿਆਣਾ ਵਾਲੇ ਹਿਮਾਚਲ ਵਾਲੇ ਤੋਂ ਦੂਰ ਰਹਿਣ, ਉਹ ਅਪਲਾਈ ਨਹੀਂ ਕਰ ਸਕਦੇ, ਕਿਉਂਕਿ ਇਸ ਦੇ ਲਈ ਪੰਜਾਬ ਵਸਨੀਕ ਦਾ ਸਰਟੀਫਿਕੇਟ ਉਮੀਦਵਾਰ ਕੋਲ ਹੋਣਾ ਜ਼ਰੂਰੀ ਹੈ। ਤਾਂ ਇਹਦੇ ਲਈ ਤੁਸੀਂ ਸਰਟੀਫਿਕੇਟ ਬਣਾ ਲੈਣਾ, ਸੇਵਾ ਕੇਂਦਰ 'ਚੋਂ ਬਣ ਜਾਣਾ, ਪੰਜਾਬ ਰੈਜੀਡੈਂਸ ਦਾ ਸਰਟੀਫਿਕੇਟ ਬਣ ਜੂਗਾ ਪੰਜਾਬ ਵਸਨੀਕ ਦਾ, ਉਹ ਹੋਣਾ ਜ਼ਰੂਰੀ ਹੈ। ਉਮਰ ਹੱਦ ਕੀ ਹੈ ਜੀ? ਉਮਰ ਹੱਦ ਨੋਟ ਕਰ ਲਓ, ਉਮੀਦਵਾਰ ਦਾ ਜਨਮ ਹੈ ਜਿਹੜਾ ਤੁਹਾਡੀ ਬੱਚੀ ਦਾ ਜਨਮ ਹੈ ਉਹ 2 ਜੁਲਾਈ 2008 ਤੋਂ ਪਹਿਲਾਂ ਦਾ ਨਹੀਂ ਹੋਣਾ ਚਾਹੀਦਾ, ਭਾਵ ਕਿ ਤੁਹਾਡਾ ਉਹਦਾ ਡੇਟ ਆਫ ਬਰਥ ਹੈ ਜਿਹੜੀ 2 ਜੁਲਾਈ 2008 ਤੋਂ ਪਹਿਲਾਂ ਦੀ ਨਾ ਹੋਵੇ, ਬਾਅਦ ਦੀ ਹੋਵੇ। ਠੀਕ ਹੈ, ਪਹਿਲਾਂ ਤੋਂ ਮੇਰਾ ਭਾਵ ਹੈ ਵੀ 2007, 2006, 2005 ਉਦੋਂ ਦੀ ਨਾ ਹੋਵੇ। ਠੀਕ ਹੈ, 2 ਜੁਲਾਈ 2008 ਤੋਂ ਬਾਅਦ, ਜਿਵੇਂ ਮੰਨ ਲਓ ਕਿਸੇ ਬੱਚੇ ਦੀ ਜਿਹੜੀ ਡੇਟ ਆਫ ਬਰਥ ਹੈ ਉਹ 10 ਸਤੰਬਰ 2008 ਹੈ, ਤਾਂ ਉਹ ਚੱਲ ਜਾਏਗਾ। ਹੁਣ ਜੇ ਕਿਸੇ ਦੀ ਡੇਟ ਆਫ ਬਰਥ ਹੈਗੀ ਆ 1 ਜਨਵਰੀ 2008, ਉਹ ਨਹੀਂ ਚੱਲਣਾ, ਕਿਉਂਕਿ ਉਹ ਤੋਂ ਪਹਿਲਾਂ ਦਾ ਹੋ ਗਿਆ। ਠੀਕ ਹੈ, ਤਾਂ ਇਸ ਹਿਸਾਬ ਨਾਲ ਤੁਹਾਡਾ ਜਨਮ ਹੋਣਾ ਚਾਹੀਦਾ। ਹਾਈਟ ਐਂਡ ਵੇਟ ਦੀ ਗੱਲ ਕਰੀਏ ਤਾਂ ਘੱਟੋ ਘੱਟ ਜਿਹੜੀ ਕੱਦ ਹੈ ਉਹ 4 ਫੁੱਟ 10 ਇੰਚ ਹੋਣਾ ਚਾਹੀਦਾ, ਘੱਟੋ ਘੱਟ ਭਾਰ ਜਿਹੜਾ 35 ਕਿਲੋ ਤੁਹਾਡੇ ਬੱਚੀ 'ਚ ਹੋਣਾ ਚਾਹੀਦਾ, ਜ਼ਰੂਰੀ ਹੈ। ਠੀਕ ਹੈ ਜੀ, ਉਮਰ ਹੱਦ ਦੀ ਗੱਲ ਕਰੀਏ ਤਾਂ ਹੁਣ ਇਹਦੇ ਲਈ ਪੇਪਰ ਦੇ ਲਈ ਸਿਲੇਬਸ ਨੋਟ ਕਰ ਲਓ ਜੀ, ਕੀ ਸਿਲੇਬਸ ਆਉਂਦਾ। ਇਹਦੇ 'ਚ ਅੰਗਰੇਜ਼ੀ ਦੇ 35 ਕੁਸ਼ਚਨ ਆਉਂਦੇ ਨੇ ਜੀ ਪੇਪਰ ਦੇ ਵਿੱਚ, ਪੇਪਰ 'ਚ ਟੋਟਲ 125 ਕੁਸ਼ਚਨ ਤੁਹਾਨੂੰ ਆਉਣੇ ਆ। ਪੇਪਰ ਦੀ ਟਾਈਮਿੰਗ ਹੋਏਗੀ 2.5 ਘੰਟੇ ਦੀ, ਠੀਕ ਹੈ, 2 ਘੰਟੇ 30 ਮਿੰਟ ਦੀ। ਪੇਪਰ ਦੀ ਲੈਂਗੁਏਜ ਹੋਈ, ਇਹ ਸਿਰਫ ਅੰਗਰੇਜ਼ੀ ਭਾਸ਼ਾ ਦੇ ਵਿੱਚ ਪੇਪਰ ਆਉਣਾ, ਇਹ ਨਾ ਸੋਚਿਓ ਕਿ ਉੱਥੇ ਪੰਜਾਬੀ 'ਚ ਪੇਪਰ ਆਉਣਾ, ਹਿੰਦੀ 'ਚ ਆਉਣਾ, ਸਿਰਫ ਅੰਗਰੇਜ਼ੀ 'ਚ ਆਉਣਾ। 125 ਕੁਸ਼ਚਨ ਟੋਟਲ ਹੈ, 35 ਕੁਸ਼ਚਨ ਜਨਰਲ ਇੰਗਲਿਸ਼ ਦੇ ਆਉਣੇ ਆ, ਅਤੇ 35 ਕੁਸ਼ਚਨ ਤੁਹਾਨੂੰ ਜਨਰਲ ਸਾਇੰਸ ਅਤੇ ਅਵੇਅਰਨੈਸ, ਜਿਹਨੂੰ GK ਵੀ ਕਿਹਾ ਜਾਂਦਾ, GK ਆ ਜਾਏਗਾ, ਜਾਂ ਸਾਇੰਸ ਦੇ ਕੁਸ਼ਚਨ ਜੋ ਵੀ 10ਵੀਂ ਲੈਵਲ ਤੱਕ ਦੇ ਆਉਣੇ ਆ ਇਹ। ਮੈਥ ਦੇ ਤੁਹਾਨੂੰ 55 ਕੁਸ਼ਚਨ ਆਉਣੇ ਆ। ਠੀਕ ਹੈ, 3 ਸਬਜੈਕਟ ਰੱਖੇ ਗਏ ਇਹਨਾਂ ਵੱਲੋਂ, ਜਨਰਲ ਇੰਗਲਿਸ਼, ਜਨਰਲ ਸਾਇੰਸ ਐਂਡ ਅਵੇਅਰਨੈਸ ਅਤੇ ਮੈਥਮੈਟਿਕਸ। ਤਾਂ ਇਹ ਕੁੱਲ ਮਿਲਾ ਕੇ 125 ਕੁਸ਼ਚਨ ਤੁਹਾਡੇ ਬਣਦੇ ਆ। ਅਤੇ ਆਪਾਂ ਤੁਹਾਨੂੰ ਹੁਣ ਕੀ ਦੇ ਰਹੇ ਹਾਂ, ਆਪਾਂ ਤੁਹਾਡੇ ਬੱਚੇ ਨੂੰ ਤਿਆਰੀ ਕਰਵਾ ਰਹੇ ਹਾਂ ਇਸ ਐਂਟਰੈਂਸ ਦੀ, ਸਾਡੇ ਥਰੂ ਤਿਆਰੀ ਕਰਾਉਣਾ ਚਾਹੁੰਦੇ ਤਾਂ PDF ਨੋਟਸ ਆਪਾਂ ਤੁਹਾਡੇ ਬੱਚੇ ਨੂੰ ਪ੍ਰੋਵਾਈਡ ਕਰ ਰਹੇ ਹਾਂ। ਠੀਕ ਹੈ, PDF ਨੋਟਸ ਇਸ ਐਗਜ਼ਾਮ ਦੇ ਲਈ ਅਵੇਲੇਬਲ ਆ ਸਾਡੇ ਕੋਲ, ਹਰੀਕਾ ਕਲਾਸਿਸ ਦੀ ਟੀਮ ਵੱਲੋਂ ਪ੍ਰਪੇਅਰ ਕੀਤੇ ਗਏ ਆ, ਉਹ ਤੁਸੀਂ PDF ਸਾਡੇ ਕੋਲੋਂ ਖਰੀਦ ਲੈਣੀ ਆ, ਬਾਏ ਕਰ ਲੈਣੀ ਆ, ਬਹੁਤ ਹੀ ਮਿਨੀਮਮ ਪ੍ਰਾਈਸ 'ਤੇ ਆਪਾਂ ਤੁਹਾਨੂੰ PDF ਦੇ ਰਹੇ ਹਾਂ। ਉਹਦਾ ਤੁਸੀਂ ਪ੍ਰਿੰਟ ਆਊਟ ਕੱਢ ਕੇ ਆਪਣੇ ਬੱਚੇ ਨੂੰ ਦੇ ਦੇਣਾ, ਕਿਉਂਕਿ ਹੁਣ ਜੇ ਤਿਆਰੀ ਕਰਨ ਤੁਹਾਡਾ ਬੱਚਾ ਲੱਗੂਗਾ, ਸਤੰਬਰ ਖਤਮ ਹੋਣ ਵਾਲਾ, ਅਕਤੂਬਰ, ਨਵੰਬਰ, ਦਸੰਬਰ 3 ਮਹੀਨੇ ਦਾ ਟਾਈਮ ਆ ਉਹਦੇ ਕੋਲ ਤਿਆਰੀ ਲਈ, 10ਵੀਂ ਦੇ ਨਾਲ ਨਾਲ ਉਹ ਵੀ ਤਿਆਰੀ ਕਰੇਗਾ। ਠੀਕ ਹੈ, ਤਾਂ 3 ਮਹੀਨੇ ਦਾ ਟਾਈਮ ਆ, ਤਾਂ ਫਿਰ ਜਾ ਕੇ ਤੁਹਾਡਾ ਇੰਟਰੈਂਸ ਜਿਹੜਾ ਕਲੀਅਰ ਹੋਣਾ। ਜੇ ਤੁਹਾਨੂੰ ਲੱਗੋ ਵੀ 10 ਦਿਨਾਂ 'ਚ ਤਿਆਰੀ ਹੋਏਗੀ, ਤਾਂ 10 ਦਿਨਾਂ 'ਚ ਉਹਦੀ ਤਿਆਰੀ ਨਹੀਂ ਹੋਣੀ, ਇਸ ਚੀਜ਼ ਨੂੰ ਧਿਆਨ 'ਚ ਰੱਖਿਓ ਅਤੇ ਆਪਣੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰੋ, ਜਿਹਨੂੰ ਜਿਹਨੂੰ ਵੀ ਪਤਾ ਲੱਗਦਾ ਇਸ ਐਂਟਰੈਂਸ ਟੈਸਟ ਬਾਰੇ। ਅਤੇ ਇਹਦੇ 'ਚ ਟੋਪਿਕ ਵਾਈਜ਼ ਤੁਹਾਨੂੰ ਨੋਟਸ ਮਿਲਣਗੇ, ਜਿਵੇਂ ਅੰਗਰੇਜ਼ੀ ਦਾ ਉਹਦੇ 'ਚ ਟੋਪਿਕ ਵਾਈਜ਼ ਮਿਲਣਗੇ, ਕੀ ਉਹਦੇ 'ਚ ਕੰਪਰੀਹੈਂਸ਼ਨ ਵਗੈਰਾ ਆਉਣਗੇ। ਠੀਕ ਹੈ, ਐਂਟੋਨੀਅਮ, ਸਿਨੋਨੀਅਮ ਜੋ ਵੀ ਟੋਪਿਕਸ ਆ ਉਹ ਤੁਹਾਨੂੰ ਸਾਰੇ ਦੇਵਾਂਗੇ, ਅਕੋਰਡਿੰਗ ਟੂ ਸਿਲੇਬਸ ਹੋਣਗੇ ਇਹ ਨੋਟਸ, ਜੋ ਵੀ ਇਹਨਾਂ ਦੇ ਪ੍ਰੀਵੀਅਸ ਪੇਪਰਸ ਹੈਗੇ ਮਾਈ ਭਾਗੋ ਇੰਸਟੀਟਿਊਟ ਦੇ ਪੁਰਾਣੇ ਪੇਪਰਾਂ ਦੇ ਆਧਾਰ 'ਤੇ ਹੀ ਸਿਲੇਬਸ ਆਪਾਂ ਨੋਟਸ ਬਣਾਏ ਆ, ਅਤੇ ਹਰੀਕਾ ਕਲਾਸਿਸ ਦੀ ਟੀਮ ਨੇ ਬਣਾਏ ਆ। ਅਤੇ ਨੋਟਸ ਲੈਣ ਲਈ ਇਹ ਨੰਬਰ ਦਿੱਤਾ ਹੋਇਆ ਜੀ, ਵਟਸਐਪ ਨੰਬਰ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ। ਠੀਕ ਹੈ, ਵੀਡੀਓ ਨੂੰ ਪੌਜ਼ ਕਰਕੇ ਚੈੱਕ ਕਰ ਸਕਦੇ ਹੋ, ਮੈਂ ਨੰਬਰ ਬੋਲ ਵੀ ਦੇਣਾ, 9501867264। ਇਸ ਨੰਬਰ 'ਤੇ ਸਾਨੂੰ ਵਟਸਐਪ ਕਰਕੇ ਨੋਟਸ ਆਪਣੇ ਲੈ ਸਕਦੇ ਹੋ, ਬਹੁਤ ਹੀ ਮਿਨੀਮਮ ਪ੍ਰਾਈਜ਼ ਦੇ ਉੱਤੇ ਆਪਾਂ ਤੁਹਾਨੂੰ ਨੋਟਸ ਦੇ ਰਹੇ ਹਾਂ। ਠੀਕ ਹੈ ਜੀ, ਤਾਂ ਬਾਕੀ ਤੁਸੀਂ ਹੋਰ ਇਸ ਇੰਸਟੀਟਿਊਟ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਵੀ, ਅਫੀਸ਼ੀਅਲ ਵੈਬਸਾਈਟ www.mbafpigirls.in, ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਦੇ ਦਾਂਗੇ। ਇਹਨਾਂ ਦਾ ਕੰਟੈਕਟ ਨੰਬਰ ਵੀ ਹੈਗਾ, ਸਰਕਾਰੀ ਨੰਬਰ ਹੈ, ਵਰਕਿੰਗ ਆਵਰਸ ਦੇ ਵਿੱਚ 9 ਵਜੇ ਤੋਂ 5 ਵਜੇ ਦੇ ਵਿੱਚ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਇਸ ਐਂਟਰੈਂਸ ਐਗਜ਼ਾਮ ਦੀ। 0172-22-33-105 ਸਰਕਾਰੀ ਨੰਬਰ ਹੈ ਜੀ, ਇਹ ਇੰਸਟੀਟਿਊਟ ਦਾ ਨੰਬਰ ਹੈ, ਇਸ ਚੀਜ਼ ਦਾ ਧਿਆਨ ਰੱਖਿਓ। ਅਤੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ, ਚੈਨਲ ਦੇ ਥਰੂ ਬਣਾ ਰਹੇ ਹਾਂ, ਇਸ ਇੰਸਟੀਟਿਊਟ ਦੀ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਤਾਂ ਕਿ ਤੁਹਾਡੇ ਬੱਚੇ ਅੱਗੇ
ਚੰਗੀਆਂ ਪੋਸਟਾਂ 'ਤੇ ਪਹੁੰਚ ਸਕਣ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਕਿ ਪਿੰਡਾਂ ਤੱਕ ਇਹ ਅਵੇਅਰਨੈਸ ਨਹੀਂ ਪਹੁੰਚ ਪਾਉਂਦੀ, ਠੀਕ ਹੈ, ਅਤੇ ਪਿੰਡਾਂ ਦੇ ਬੱਚੇ ਜ਼ਿਆਦਾਤਰ ਇੱਦਾਂ ਰਹਿ ਜਾਂਦੇ ਆ, ਅਤੇ ਜਿਹੜੇ ਅਵੇਅਰ ਹੁੰਦੇ ਆ ਪੇਰੈਂਟਸ ਉਹਨਾਂ ਤੱਕ ਇਹ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਕਿਹੜਾ ਇਗਜ਼ਾਮ ਕਦੋਂ ਹੋਣਾ, ਕੀ ਗੱਲਬਾਤ ਹੋਣੀ ਹੈ। ਤਾਂ ਬੇਸਿਕਲੀ ਵੀਡੀਓ ਬਣਾਉਣ ਦਾ ਮੋਟਿਵ ਹੀ ਇਹ ਹੈ ਕਿ ਪਿੰਡਾਂ ਤੱਕ ਸਾਡੀ ਵੱਧ ਤੋਂ ਵੱਧ ਵੀਡੀਓ ਸਪਰੈਡ ਹੋ ਸਕੇ ਉਹਨਾਂ ਲੋਕਾਂ ਤੱਕ ਜਿਨ੍ਹਾਂ ਦੇ ਬੱਚੇ ਇੰਟੈਲੀਜੈਂਟ ਆ, ਕੁਛ ਕਰਨਾ ਚਾਹੁੰਦੇ ਆ ਬਟ ਉਹਨਾਂ ਨੂੰ ਓਪਰਚੁਨਿਟੀਜ਼ ਨਹੀਂ ਮਿਲ ਪਾਉਂਦੀਆਂ, ਠੀਕ ਹੈ ਜੀ। ਤਾਂ ਤੁਹਾਡੇ ਲਈ ਇਹ ਵੀਡੀਓ ਜਿਹੜੀ ਹੈ ਖਾਸ ਰਹਿਣ ਵਾਲੀ ਹੈ, ਅਤੇ ਬਾਕੀ ਆਲ ਦੀ ਬੈਸਟ ਜਿਹੜੇ ਵੀ ਇਹਦੇ 'ਚ ਜਾਣਾ ਚਾਹੁੰਦੇ ਆ। ਜਦੋਂ ਫੋਰਮ ਇਹਦੇ ਸਟਾਰਟ ਹੋਏ ਆਪਾਂ ਅਲੱਗ ਤੋਂ ਇੱਕ ਵੀਡੀਓ ਇਹਦੀ ਜ਼ਰੂਰ ਬਣਾਵਾਂਗੇ। ਆਲ ਦੀ ਬੈਸਟ, ਉਹਨਾਂ ਟਾਈਮ ਤੁਸੀਂ ਇਹਨਾਂ ਦੀਆਂ ਫੋਟੋਜ਼ ਵਗੈਰਾ ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ, ਲਿੰਕ ਸਾਰੇ ਤੁਹਾਨੂੰ ਡਿਸਕ੍ਰਿਪਸ਼ਨ ਮਿਲ ਜਾਣਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ।